ਵੇ ਮੈਥੋਂ ਨੀ ਪੱਕਦੀਆਂ ਬਰੋਟੇ ਦੀਆਂ ਰੋਟੀਆਂ। ਬੜੇ ਬਾਈ ਦੀ ਗੱਲ ਕਰਦੀਆਂ? ਬੜੇ ਦੀ ਵੇ ਤੇਰੇ ਬਾਈ ਮੰਡੀ ਦੀ ਗੱਲ ਕਰਦੀਆਂ। ਨਹੀਂ ਉਹਦੀ ਟਿਬਰੀ ਟੈਟ ਹੋਈ ਹੋਈ ਆ, ਮਾਲ ਉਹਨੂੰ ਮਿਲਦਾ ਨਹੀਂ, ਕਿਤੇ ਬੰਦਾ ਤਾਂ 3 ਕਿੱਲੇ ਵਾਲਾ ਮਾਲ ਨਹੀਂ ਹੁੰਦਾ। ਨਹੀਂ ਹਾਥੀ ਦੇ ਸਿਰ ਜਿੱਡੇ 13 ਕਿੱਲੇ ਨੇ, 13 ਕਿੱਲੇ ਸਿਰ ਨੀਵਾਂ ਕਰਕੇ ਦਿਨ ਕੱਟ ਲਾ। 55 ਸਾਲਾਂ ਦਾ ਹੋ ਗਿਆ, 5-7 ਸਾਲਾਂ ਤੱਕ ਹੈ, ਫਿਰ ਰਾਮ ਨਾਮ ਸਤ ਹੋ ਜਾਣਾ। ਕਹਿੰਦਾ ਕੀ ਉਹ ਤੈਨੂੰ ਪਤਾ ਤਾਂ ਲੱਗੇ? ਲੈ ਇਸ ਪਿੰਡ ਵਿੱਚ ਐਡਾ ਵਧੀਆ ਮੇਲਾ ਲੱਗਿਆ, ਵਧੀਆ ਵਧੀਆ ਪੰਜਾਬ ਦੇ ਕਲਾਕਾਰ ਆਏ ਨੇ, ਹਰਜੀਤ ਰਾਣੋ, ਹੋਰ ਵੀ ਬਹੁਤ ਬਹੁਤ ਕਲਾਕਾਰ ਬਹੁਤ ਵਧੀਆ ਆਏ ਨੇ। ਉੱਥੇ ਹੁਸ਼ਿਆਰ ਮਾਹੀ ਅਤੇ ਰਮਨ ਸੱਗੂ ਦਾ ਵੀ ਅਖਾੜਾ ਸੀ। ਮੈਂ ਕਿਹਾ ਜਾ ਕੇ ਉੱਥੇ ਦੇਖ ਆਵਾਂਗੇ, ਨਾਲੇ ਸੁਣੀ ਆਵਾਂਗੇ, ਇੰਜੋਏ ਕਰਾਂਗੇ। ਮਰ ਜਾਣਾ ਇੱਥੇ ਜੂਤ ਪ੍ਰਾਂਡ ਹੋਇਆ ਆਹ ਗਰਾਊਂਡ ਚੱਲਿਆ ਤੁਸੀਂ ਇੱਥੇ? ਨਹੀਂ ਸੋਹਣੇ ਪਿੰਡ ਦੇ ਵਿੱਚ ਮੇਰਾ ਜਲੂਸ ਕੱਢ ਕੇ ਰੱਖਤਾ। ਨਹੀਂ ਕਹਿੰਦਾ ਕਿ ਉਹ ਹੈ ਕਿੱਥੇ ਆ ਪਤਾ ਤਾਂ ਲੱਗੇ? ਮੈਂ ਦੱਸਦਾ ਕੀ ਕਹਿੰਦਾ, ਤੇਰੀ ਉਹ ਗੱਲ ਸੁਣ ਲਾ, ਮੈਂ ਤੇਰੇ ਪਿੱਛੇ ਵਿਆਹ ਨਹੀਂ ਕਰਾਇਆ। ਆ ਦੇਖ ਲਾ ਹੁਣ ਮੈਨੂੰ ਕਦੇ ਪਰੋਟਾ ਕਹਿੰਦੀ ਆ, ਕਦੇ ਪਿੱਪਲ ਕਹਿੰਦੀ ਆ। ਮੇਰੀ ਗੱਲ ਸੁਣ ਲਾ, ਮੈਨੂੰ ਤਾਂ ਸ਼੍ਰੀ ਦੇਵੀ ਦਾ ਵੀ ਰਿਸ਼ਤਾ ਹੁੰਦਾ ਸੀ, ਹੁਣ ਤਾਂ ਵਿਚਾਰੀ ਉਹ ਵੀ ਮਰ ਗਈ। ਦੇਖ ਲਾ ਮੈਂ ਕਦੇ ਫਰਕ ਨਹੀਂ ਸਮਝਿਆ। ਤੇਰੀ ਘਰ ਵਾਲੀ ਨੂੰ ਵਧੀਆ ਤੋਂ ਵਧੀਆ ਸੂਟ ਲਿਆ ਕੇ ਦਿੰਦਾ, ਤੈਨੂੰ ਵਧੀਆ ਤੋਂ ਵਧੀਆ ਚਾਦਰਾ ਕਮੀਜ਼ ਲਿਆ ਕੇ ਦਿੰਦਾ, ਤੇਰੇ ਜਵਾਕਾਂ ਨੂੰ ਵਰਦੀਆਂ ਸਵਾ ਕੇ ਦਿੰਦਾ, ਮੈਂ ਕਦੇ ਫਰਕ ਨਹੀਂ ਸਮਝਿਆ। ਜੈ ਜੀ ਤੇਰੀ ਘਰ ਵਾਲੀ, ਉਹ ਜੀ ਮੇਰੀ ਘਰ ਵਾਲੀ। ਬੁੜਬੁੜ ਕਰਦਾ ਆਇਆ ਬਾਹਰੋਂ, ਬੁੜਬੁੜ ਕਰਦਾ ਆਇਆ ਬਾਹਰੋਂ, ਡੰਡਾ ਤੂਤਦਾ ਲਿਆਇਆ ਬਾਹਰੋਂ, ਕਰਦਾ ਆਇਆ ਬਾਹਰੋਂ, ਡੰਡਾ ਤੂਤਦਾ ਲਿਆਇਆ ਬਾਹਰੋਂ। ਦਿੱਤਾ ਕਿਸੇ ਨੇ ਵੇ, ਦਿੱਤਾ ਕਿਸੇ ਨੇ, ਦਿੱਤਾ ਕਿਸੇ ਨੇ ਚੱਕ ਜੇਠ ਨੇ, ਮੈਂ ਕੁੱਟੀ ਦੱਸ ਇਹਦਾ, ਬਸ ਇਹਦਾ ਕੀ ਹੱਕ ਬਾਈ ਨੇ, ਮੈਂ ਕੁੱਟੀ ਦੱਸ ਇਹਦਾ ਕੀ ਹੱਕ ਜੇਠ ਨੇ, ਮੈਂ ਕੁੱਟੀ। ਜੇਠ ਨੇ ਮੈਂ ਕੁੱਟੀ, ਐਵੇਂ ਨਹੀਂ ਕੁੱਟੀ, ਕੋਈ ਗੱਲ ਹੋ ਗਈ ਵਿੱਚ ਜ਼ਰੂਰ। ਬੰਦਾ ਤਾਂ ਉਈ ਨਹੀਂ ਜਨਾਨੀ ਦੇ ਹੱਥ ਚੱਕਦਾ। ਸਿਆਣੇ ਕਹਿੰਦੇ ਨੇ ਜਦੋਂ ਸਿਰ ਦੇ ਉੱਤੇ ਦੀ ਫੁੱਟ ਫੁੱਟ ਪਾਣੀ ਚੱਲ ਜਾਵੇ, ਨੱਕ ਤੋਂ ਚੋ ਕੇ ਬੁੱਲਾਂ 'ਤੇ ਆ ਜਾਵੇ, ਉਦੋਂ ਪਰ ਹੱਥ ਨਹੀਂ ਚੱਕਦਾ, ਪਰ ਇਹੋ ਜਿਹਾ ਚਿਮਟਾ ਫੇਰਦਾ ਜਿਹੋ ਜਿਹਾ ਮੇਰਾ ਵੀਰਾ ਚੱਕੀ ਫਿਰਦਾ। ਨਹੀਂ ਮੇਰੇ ਵੀਰੇ ਦੇ ਤਾਂ ਗੱਲਾਂ ਦੱਸੀਆਂ ਨਹੀਂ ਹੈ, ਮੇਰੇ ਨਾਲ ਲੜਦਾ, ਐਂ ਕਰਦਾ, ਬੋ ਕਰਦਾ, ਆਪਣੀ ਗੱਲ ਕੋਈ ਜਾਂਦੀ ਆ, ਤੇਰੀਆਂ ਮੈਂ ਦੱਸਣ ਲੱਗਿਆ। ਸੇਵਾ ਸੂਬਾ ਕਰਦੇ ਆ ਕਰਨੀ, ਉਹ ਪਾਣੀ ਤੱਤਾ ਧਰਦੇ ਆ ਕਰਨੀ, ਉਹ ਸੇਵਾ ਸੂਬਾ ਕਰਦੇ ਆ ਕਰਨੀ, ਪਾਣੀ ਤੱਤਾ ਧਰਦੇ ਆ ਕਰਨੀ। ਨੀਵੀਂ ਪਾ ਕੇ ਹੁਣ ਨੀਵੀਂ ਪਾ ਕੇ ਹੁਣ ਨੀਵੀਂ ਪਾ ਕੇ ਰੱਖ ਜੇਠ ਨੂੰ ਘੂਰੀ ਨਾ ਵੀ ਨੇੜੇ ਲਾ ਕੇ ਰੱਖ ਜੇਠ ਨੂੰ ਘੂਰੀ ਨਾ ਹੁਣ ਨੀਵੀਂ ਪਾ ਕੇ ਰੱਖ ਜੇਠ ਨੂੰ ਘੂਰੀ ਨਾ ਪਾਣੀ ਤੱਤਾ ਧਰਦਿਆ ਕਰ, ਬਾਈ ਦੀ ਸੇਵਾ ਕਰਦਿਆ ਕਰ। ਨਹੀਂ ਜੇ ਸਰਦੀਆਂ 'ਚ 2 ਪਤੀਲੇ ਗਰਮ ਕਰ ਦੂੰਗੀ, ਕੀ ਤੇਰੇ ਹੱਥ ਫੁਕਣ ਲੱਗੇ ਨੇ? 15 ਦਿਨ ਤਾਂ ਨਹਾਉਣ ਦੀ ਵਾਰੀ ਆਉਂਦੀ ਇਹਦੀ। ਜਿਵੇਂ ਪਾਣੀ ਵੇ ਜਿਵੇਂ ਪਾਣੀ ਜਿਵੇਂ ਪਾਣੀ ਤੱਤਾ ਧਰਦੀ ਕਹੇ ਠੰਡਣਾ ਨੋਣਾ, ਸਿਕਰ ਦੁਪਹਿਰੇ ਵੇ ਸਿਕਰ ਦੁਪਹਿਰੇ ਸਿਕਰ ਦੁਪਹਿਰੇ ਕਹਿੰਦਾ ਕਰਦੇ ਏ ਸੀ ਹੈਟ ਵਿਛਾਉਣਾ, ਪਾਣੀ ਤੱਤਾ ਧਰਦੀ ਕਹੇ ਠੰਡੇ ਨਾ ਨੋਣਾ, ਸਿਕਰ ਦੁਪਹਿਰੇ ਕਹਿੰਦਾ ਕਰਦੇ ਸੀ ਹੇਠ ਵਿਛਾਉਣਾ, ਕਿਹੜੀ 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 ਮੰਨਾ ਦੀ ਫਿਰ ਕਰੇਗਾ ਸ਼ੱਕ ਜੇਠ ਨੇ, ਬਾਈ ਨੇ ਬਾਈ ਨੇ ਮੈਂ ਕੁੱਟੀ ਦੱਸ ਇਹਦਾ, ਦੱਸ ਇਹਦਾ ਕੀ ਹੱਕ ਬਾਈ ਨੇ, ਮੈਂ ਕੁੱਟੀ ਦੱਸ ਇਹਦਾ ਕੀ ਹੱਕ ਜੇਠ ਨੇ, ਮੈਂ ਕੁੱਟੀ। ਫੁਕਰਾ ਤੇਰਾ ਜੇਠ ਨੀ ਅੜੀਏ ਮਾਣ ਥਾਣ ਦਾ ਭੁੱਖਾ, ਫੁਕਰਾ ਤੇਰਾ ਜੇਠ ਨੀ ਅੜੀਏ ਮਾਣ ਥਾਣ ਦਾ ਭੁੱਖਾ, ਤੂੰ ਕੰਨੀ ਦੇ ਕਿਆਰੇ ਵਾਂਗੂ ਰੱਖ ਜਲੇ ਨੂੰ, ਫੁਕਰਾ ਤੇਰਾ ਜੇਠ ਨੀ ਅੜੀਏ ਮਾਣ ਥਾਣ ਦਾ ਭੁੱਖਾ, ਤੂੰ ਕੰਨੀ ਦੇ ਕਿਆਰੇ ਵਾਂਗੂ ਰੱਖ ਜਲੇ ਨੂੰ, ਜੁੱਗਾ ਉਹ ਸੁਲਾ ਮਾਰ ਕੇ ਪਾਣੀ ਤਾਣੀ, ਉਹ ਸੁਲਾ ਮਾਰ ਕੇ ਪਾਣੀ ਤਾਣੀ, ਮੇਜ਼ ਤੇ ਆ ਕਰ ਰੱਖ ਜੇਠ ਨੂੰ ਵੀਰੇ ਨੂੰ।
जेठ नू पूरी ना हो नेड़े लाके रख जेठ नू पूरी ना हो नीवी पाके रख जेठ नू पूरी ना माही मेरी सुन ला गल पहली गल तो है अपने काटो जी नू समझा के रखा कर इहनू कहि बाला घुंड घंट जिहा ना कढ़िया करे ਉਹ ਸਾਡਾ ਤਾਂ ਪਿੰਡ ਦੇ ਵਿੱਚ ਐਡਾ ਲਾਣਾ ਗੰਦਾ ਸਾਡਾ ਐਡਾ ਲਾਣਾ ਗੰਦਾ ਅਸੀਂ ਤਾਂ ਰਜਾਈ 'ਚ ਪਈ ਪਹਿਚਾਣ ਲੈਂਦੇ ਵੀ ਕਿਹਦੀ ਵਾਲੀ ਪਈ ਆ ਨਾਲੇ ਮੇਰੀ ਸੁਣਦਾ ਗੱਲ ਕਿਉਂਕਿ ਜਿਹੜਾ ਰੋਜ਼ ਦਾ ਕਲੇਸ਼ ਹੁੰਦਾ ਮਾੜਾ ਹੁੰਦਾ ਕਿਸੇ ਨਾ ਕਿਸੇ ਚੀਜ਼ ਦਾ ਨੁਕਸਾਨ ਹੋ ਜਾਂਦਾ ਸਾਰੇ ਸਿਆਣੇ ਬੰਦੇ ਬੈਠੇ ਨੇ ਅੱਜ ਆਪਾਂ ਫੈਸਲਾ ਕਰ ਲੈਂਦੇ ਹਾਂ ਮੇਰੀ ਸੁਣ ਲਾ ਗੱਲ ਪਹਿਲਾਂ ਮੈਨੂੰ ਐਂ ਦੱਸ ਤੂੰ ਮੇਰਾ ਸਾਕਾ ਭਾਈ ਆ ਨਾ ਮੇਰੀ ਇੱਕ ਗੱਲ ਮੰਨੇਗਾ ਐਂ ਕਰ ਫਿਰ ਉਹਨੂੰ ਤਲਾਕ ਦੇ ਦੇ ਚੱਲ ਫਿਰ ਮੈਂ ਤਿਆਰ ਹਾਂ ਗੱਲ ਸੁਣ ਇਹ ਮੇਰੇ ਵੀਰੇ ਨੂੰ ਤਾਂ ਕਹੀ ਜਾਂਦੀ ਹੈ ਮੇਰੇ ਨਾਲ ਲੜਦਾ ਭੁੱਕੀ ਖਾਂਦਾ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਉਦੋਂ ਨਹੀਂ ਤੈਨੂੰ ਦੇਖਦਾ ਜਦ ਮਿੱਟੀ ਨਾਲ ਮਿੱਟੀ ਹੁੰਦਾ ਉਦੋਂ ਵੀ ਦੇਖਿਆ ਕਰ ਸਾਰੀਆਂ ਜੀਰੀ ਦੀਆਂ ਵੱਟਾਂ ਪਹਿਲਾਂ ਇਹਨੇ ਲਾਈਆਂ ਹੁਣ ਕਣਕ ਦੀਆਂ ਲਾਉਣੀਆਂ ਨੇ ਸਾਰੀਆਂ ਕਣਕ ਬੀਜਣੀਆਂ ਨੇ ਨਹੀਂ ਸਰਦੀਆਂ ਵਿੱਚ ਐਡੀਆਂ ਮੋਟੀਆਂ ਪੈਰਾਂ ਦੀਆਂ ਉਹਦੀਆਂ ਸੁੱਜੀਆਂ ਉਂਗਲੀਆਂ ਹੋ ਜਾਂਦੇ ਸੁੱਜ ਕੇ ਇੱਦਾਂ ਕਰੇਗਾ ਬੰਦਾ ਟਿਕਾ ਕੇ ਰੱਖੀਦਾ ਹੁੰਦਾ ਸਰਦੀਆਂ 'ਚ ਵਧੀਆ ਸਾਗ ਬਣਾ ਕੇ ਉੱਤੇ ਇੱਕ ਮੱਖਣ ਦਾ ਟਵੇੜਾ ਟਿਕਾ ਕੇ ਹਰੀਆਂ ਮਿਰਚਾਂ ਤੋਂ ਖਭੋ ਕੇ ਇੱਕ ਡੋਲੂ ਲੱਸੀ ਦਾ ਖੇਤਾਂ 'ਚ ਜਾ ਕੇ ਮੇਰੀ ਵੀਰੇ ਨੂੰ ਰੋਟੀ ਦੇ ਕੇ ਆਇਆ ਕਰ ਲੈ ਦੇਖ ਆਪ ਤਾਂ ਸੱਗੂ ਨਾਲ ਕਦੇ ਕਿਤੇ ਅਖਾੜਾ ਕਦੇ ਕਿਤੇ ਸਵੇਰੇ ਦੁਪਹਿਰੀ ਸ਼ਾਮੀ ਹੈ ਬਾਈ ਨੂੰ ਪੁੱਛ ਕੇ ਦੇਖ ਆਥਣੇ ਸਵੇਰੇ ਤਾਜ਼ੀਆਂ ਰੋਟੀਆਂ ਸਾਗ ਉੱਤੇ ਮੱਖਣ ਦਾ ਪੇੜਾ ਮਿਰਚਾਂ ਖਬੋ ਕੇ ਬਾਈ ਲੱਸੀ ਦਾ ਡੋਲੂ ਤੇਰੇ ਕੋਲ ਲੈ ਕੇ ਆਥਣੇ ਸਵੇਰੇ ਆਉਣੀ ਹੈ ਕਿ ਨਹੀਂ ਵੈਸੇ ਮਾਹੀ ਇੱਕ ਗੱਲ ਆ ਕੁੜੀ ਇੰਨੀ ਮਾੜੀ ਵੀ ਨਹੀਂ ਹੈ ਕਹਿ ਲਾ ਵੀ ਸਰੋਂ ਦਾ ਸਾਗ ਬਣਾ ਕੇ ਤੜਕਾ ਲਾ ਕੇ ਉੱਪਰ ਮੱਖਣ ਰੱਖ ਕੇ ਵਿੱਚ ਮਿਰਚਾਂ ਖਬੋ ਕੇ ਲੱਸੀ ਦਾ ਡੋਲੂ ਮੋਟਰ ਤੇ ਲੈ ਕੇ ਆਉਂਦੀ ਆ ਹੋਰ ਤੈਨੂੰ ਰੱਬ ਚਾਹੀਦਾ ਯਾਰ ਇੱਕ ਗੱਲ ਮਾੜੀ ਆ ਨਾਲ ਜਵਾਕ ਲੈ ਕੇ ਆ ਜਾਂਦੀ ਆ ਜਵਾਕ ਤੇਰੇ ਕੀ ਤੱਤੀ ਪੜ੍ਹਦੇ ਨੇ ਉਹ ਗੱਲ ਸੁਣ ਲਾ ਸਿਆਣੇ ਕਹਿੰਦੇ ਵੀ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖਣਾ ਚਾਹੀਦਾ ਕਈ ਵਾਰੀ ਆਉਂਦੀ ਠੰਡ ਮਾਰਦੀ ਆ ਕਈ ਵਾਰੀ ਜਾਂਦੀ ਠੰਡ ਮਾਰਦੀ ਆ ਨਾਲੇ ਤੈਨੂੰ ਪਤਾ ਵੀ 100,000 ਕੋਈ ਕਬੀਲਦਾਰੀ ਦੀ ਗੱਲ ਕਰਨੀ ਹੋਈ ਹੁਣ ਜਿਹੜਾ ਕਲੇਸ਼ ਜਿਹੜਾ ਹੁਣ ਆਪਾਂ ਖਤਮ ਕਰਕੇ ਹਟਣਾ ਪਹਿਲਾਂ ਮੈਨੂੰ ਸਰਦਾਰਾ ਸਿੰਘ ਜੀ ਬੈਠੇ ਨੇ ਸਾਰੇ ਸਿਆਣੇ ਬੰਦੇ ਬੈਠੇ ਨੇ ਅੱਜ ਮੈਂ ਕਹਿੰਦਾ ਫੈਸਲਾ ਹੋ ਕੇ ਰਹੂਗਾ ਕਿਹੜਾ ਫੈਸਲਾ ਕਰਨਾ ਐਂ ਦੱਸ ਮੈਨੂੰ ਜਿਹੜੇ 15 ਕਿੱਲੇ ਟਿੱਬੀ ਵਾਲੇ ਪਰਲੀ ਮੋਟਰ ਵਾਲੇ ਦੋਹਾਂ ਭਰਾ ਦੇ ਸਾਂਝੇ ਨੇ ਤੂੜੀ ਵਾਲੇ ਕੁੱਪ ਵੀ ਸਾਂਝੇ ਨੇ ਟਰੈਕਟਰ ਟਰਾਲੀ ਉਹ ਟਰੈਕਟਰ ਟਰਾਲੀ ਵੀ ਸਾਂਝਾ ਹੈ ਉਹ ਜਿਹੜਾ ਇੱਕ ਠੰਡਾ ਜਿਹਾ ਪਾਣੀ ਕਰਦਾ ਕੀ ਕਹਿੰਦੇ ਨੇ ਉਹਨੂੰ ਫਰਿੱਜ ਹੁੰਦੀਆਂ ਨੇ ਬੜਾ ਫਰਿੱਜ ਉਹ ਵੀ ਸਾਂਝੀ ਆਪਣੀ ਦੋਵਾਂ ਦੀ ਨਾ ਗੱਲ ਸੁਣ ਮੇਰੀ ਜਦ ਆਪਣੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਨੇ ਇਹਦੇ ਬਾਰੇ ਨੂੰ ਪਤਾ ਨਹੀਂ ਤੇਰੇ ਕੀ ਸੱਪ ਲੜਦਾ ਜੇਠਾ ਕਰ ਦੀਦਾ ਮੈਂ ਸੁੱਕੀ ਜਾਂਦਾ ਮੂੰਹ ਮਾਇਆ ਇੱਕ ਪਾਸੇ ਮੈਂ ਬਾਈ ਨੇ ਕੁੱਟੀ ਦੂਜੇ ਹੈ ਪਾਸੇ ਤੂੰ ਮਾਇਆ ਜੇਠਾ ਕਰ ਦੀਦਾ ਮੈਂ ਸੁੱਕੀ ਜਾਂਦਾ ਮੂੰਹ ਮਾਇਆ ਇੱਕ ਪਾਸੇ ਮੈਂ ਬਾਈ ਨੇ ਕੁੱਟੀ ਦੂਜੇ ਪਾਸੇ ਤੂੰ ਮਾਇਆ ਚੱਕਿਆ ਹੋਇਆ ਲੋਕਾਂ ਦਾ ਨੀ ਤਾਂਯੋ ਗੁੱਸਾ ਖਾਂਦਾ ਚੱਕਿਆ ਹੋਇਆ ਲੋਕਾਂ ਦਾ ਨੀ ਤਾਂਯੋ ਗੁੱਸਾ ਖਾਂਦਾ ਦੋ ਬੋਲ ਜੇ ਹੱਸ ਬੋਲਦੇ ਦੱਸ ਤੇਰਾ ਕੀ ਜਾਂਦਾ ਹੋਇਆ ਲੋਕਾਂ ਦਾ ਨਹੀਂ ਤਾਂ ਉਹ ਗੁੱਸਾ ਖਾਂਦਾ ਤੂੰ ਬੋਲ ਜੇ ਹੱਸ ਬੋਲਦੇ ਦੱਸ ਤੇਰਾ ਕੀ ਜਾਂਦਾ ਉਹ ਮੰਡੀ ਤੇਰੇ ਦਾ ਹਾਣ ਦੀ ਇਹ ਨੀ ਉਹ ਜੇਠ ਤੇਰੇ ਦਾ ਹਾਣ ਦੀ ਇਹ ਨੀ ਮਾਣ ਤਾਣ ਜਾ ਰੱਖ ਜੇਠ ਨੂੰ ਵੀਰੇ ਨੂੰ ਜੇਠ ਨੂੰ ਪੂਰੀ ਨਾ ਉਹ ਨੇੜੇ ਲਾ ਕੇ ਰੱਖ ਜੇਠ ਨੂੰ ਪੂਰੀ ਨਾ ਉਹ ਨੀਵੀਂ ਪਾ ਕੇ ਰੱਖ ਜੇਠ ਨੂੰ ਪੂਰੀ ਨਾ ਦਾ ਹੱਕ ਪਾਈ ਨੇ ਮੈਂ ਕੁੱਟੀ ਉਹ ਨੀਵੀਂ ਪਾ ਕੇ ਰੱਖ ਜੇਠ ਨੂੰ ਪੂਰੀ ਨਾ ਦਾ
ਹੱਕਦਾਈ ਨੇ ਮੈਂ ਕੁੱਤੀ ਹੋ ਨੀਵੀਂ ਪਾ ਕੇ ਰੱਖ ਜੇਠ ਨੂੰ ਪੂਰੀ ਨਾ ਜੇ ਪਸੰਦ ਆ ਤਾਂ ਤਾੜੀਆਂ ਲਾ ਦਿਓ ਬਾਈ ਜੀ ਬਹੁਤ ਮਿਹਰਬਾਨੀ ਸੋ ਬਹੁਤ ਮੈਂ ਦੁਬਾਰਾ ਤੋਂ ਫਿਰ ਹਰਵੰਤ ਸਿੰਘ ਜੀ ਸਰਦਾਰਾ ਸਿੰਘ ਜੀ ਸਾਰਿਆਂ ਦੇ ਮੈਂ ਤਰ੍ਹਾਂ ਤਰ੍ਹਾਂ ਵਧਦੀ ਹਾਂ ਬੜੀ ਮਿਹਰਬਾਨੀ ਜਿਨ੍ਹਾਂ ਨੇ ਨਿਮਾਣੇ ਜਿਹੇ ਕਲਾਕਾਰਾਂ ਨੂੰ ਟਾਈਮ ਸ਼ੋਰਟ ਸੀਗਾ ਚਲੋ ਕੋਈ ਗੱਲ ਨਹੀਂ ਹਾਜ਼ਰੀ ਹੁੰਦੀ ਹੈ ਸੋ ਬੜੀ ਮਿਹਰਬਾਨੀ ਥੈਂਕ ਯੂ ਜੀ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਵੀ ਲਫ਼ਜ਼ ਇੱਧਰ ਉੱਧਰ ਬੋਲੋਗੇ ਤਾਂ ਖੇਮਾਂ 'ਤੇ ਜਾ ਚੁੱਕੇ ਅਤੇ ਸਾਡੇ ਸਰਦਾਰ ਸਾਹਿਬ ਬਹੁਤ ਸਾਰਾ ਆਸ਼ੀਰਵਾਦ ਬਹੁਤ ਸਾਰਾ ਮਾਣ ਦੇ ਕੇ ਗਏ ਨੇ ਥੈਂਕ ਯੂ ਜੀ ਬੜੀ ਮਿਹਰਬਾਨੀ ਭਿੰਦਰ ਸਾਊਂਡ ਸਰਵਿਸ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬੜੀ ਮਿਹਰਬਾਨੀ ਥੈਂਕ ਯੂ ਮੈਂ ਇੱਕ ਮਿੰਟ ਸਾਹਿਬ ਜੀ ਇੱਕ ਮਿੰਟ ਵੀਰੇ ਮੈਂ ਗੁਜ਼ਾਰਿਸ਼ ਕਰੂੰਗਾ ਸਰਦਾਰ ਚਰਨਜੀਤ ਸਿੰਘ ਜੀ ਹੋਰਾਂ ਨੂੰ ਡੀ ਟੀ ਸੀ ਵਾਲਿਆਂ ਨੂੰ ਅਤੇ ਸਰਪੰਚ ਸਾਹਿਬ ਮੰਡੇਰ ਸਾਹਿਬ ਹੋਰਾਂ ਨੂੰ ਅਤੇ ਡੀ ਟੀ ਸੀ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਚਰਨਜੀਤ ਭਾਅ ਜੀ ਹੋਰਾਂ ਨੂੰ ਅਤੇ ਹਰਿੰਦਰ ਸਿੰਘ ਜੀ ਮੰਡੇਰ ਸਾਹਿਬ ਸਰਪੰਚ ਸਾਹਿਬ ਪੂਨੀਆ ਸੱਖੋ ਮਾਜਰਾ ਤੋਂ ਲੱਭੀ ਮਾਛੀਪੁਰ ਤੋਂ ਢਿੱਲੋਂ ਬਾਈ ਅਮਰਜੀਤ ਜੀ ਭਿੰਦਰ ਭਾਅ ਜੀ ਗੜਾਂਗਾ ਤੋਂ ਪੱਪੂ ਭਾਅ ਜੀ ਮੇਰੀ ਸਾਰੀ ਸੇਲ ਵਾਲਿਆਂ ਨੂੰ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਮੰਡੇਰ ਸਾਹਿਬ ਤੁਹਾਨੂੰ ਤਾਂ ਜੁਰਮਾਨਾ ਲਾਉਣਾ ਅਸੀਂ ਕਿਉਂਕਿ ਤੁਸੀਂ ਲੇਟ ਆਏ ਹੋ ਸੋ ਮੈਂ ਸੇਲ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ ਸਵਰਨ ਭਾਅ ਜੀ ਹੋਰਾਂ ਨੂੰ ਭਿੰਦਰ ਭਾਅ ਜੀ ਹੋਰਾਂ ਨੂੰ ਗੜਾਂਗਾ ਤੋਂ ਆ ਜਾਓ ਸਰ ਪਲੀਜ਼ ਇੱਕ ਦੋ ਸਨਮਾਨ ਚਿਹਨੇ ਅਤੇ ਨਾਲ ਦੀ ਨਾਲ ਬਾਈ ਸੁੱਚਾ ਰੰਗੀਲਾ ਅਤੇ ਬੀਬਾ ਮਨਦੀਪ ਮੈਂਡੀ ਜੀ ਬਿਲਕੁਲ ਤਿਆਰ ਨੇ ਤੁਹਾਡੀ ਸੇਵਾ ਦੇ ਵਿੱਚ ਸਭ ਤੋਂ ਪਹਿਲਾਂ ਸਨਮਾਨ ਸਾਡੇ ਵੀਰ ਹੁਸ਼ਿਆਰ ਮਾਹੀ ਅਤੇ ਬੀਬਾ ਰਮਨ ਸੱਗੂ ਜੀ ਹੋਰਾਂ ਦਾ ਸਨਮਾਨ ਹੋ ਰਿਹਾ ਮੈਂ ਰਿਕੁਐਸਟ ਕਰਾਂਗਾ ਸਰਦਾਰ ਚਰਨਜੀਤ ਸਿੰਘ ਜੀ ਮੈਂਬਰ ਬਲਾਕ ਸੰਮਤੀ ਸਿੰਬਲ ਮਾਜਰਾ ਅਤੇ ਡੀ ਟੀ ਸੀ ਵਾਲਿਆਂ ਨੂੰ ਰਿਕੁਐਸਟ ਕਰਾਂਗਾ ਮੰਡੇਰ ਸਾਹਿਬ ਤੁਸੀਂ ਵੀ ਅੱਗੇ ਆਓ ਹਰਿੰਦਰ ਸਿੰਘ ਜੀ ਮੰਡੇਰ ਸਾਹਿਬ ਢਿੱਲੋਂ ਸਾਹਿਬ ਸਾਰੇ ਕਲੱਬ ਦੇ ਮੈਂਬਰਾਂ ਨੂੰ ਜਤਿੰਦਰ